लो जी दोस्तों, असल नैटवर्क की प्रॉब्लम है तो मेरा भी दिल कर रहा है कि पूरी परफॉर्मेंस चेक करवावा दोस्तों नाले कोई इतने में साढ़े बुजुर्ग दो त्रै है सन जट कुछ और चार भी सन तो मैं क्या उन्होंने को पूछने भी दबंग किवें का ट्रैक्टर है तो बाकी थोड़े नाल दाने भी शेयर करने ने साफ कट रहा कि नहीं क्योंकि चक्कर पूरे होणगे तो दाने दुने भी ठीक निकलेंगे तो यह साढ़े बाबा जी की हाल है ठीक हो ਇਹ ਤੁਹਾਡੀ ਗਾਂਦੇ ਪੈਣੇ ਹਾਂ ਸਰ ਤੁਹਾਡੀ ਗਾਂਦੇ ਵੇ ਫਰੈਕਚਰ ਤੋਂ ਕੋਈ ਫਾਰ ਨਹੀਂ ਜੀ ਹਲਾ ਜੀ ਕੋਈ ਤਿੰਨ ਚਾਰ ਬੰਦੇ ਵੀ ਲੱਗੇ ਹੋਣ ਪਰਵਾਹ ਨਹੀਂ ਹਲਾ ਹਲਾ ਇਹ ਇੱਥੇ ਕਿੰਨੇ ਕਿੱਲੇ ਸੀ ਤੁਹਾਡੇ ਕਿੰਨੇ ਕਿੱਲੇ ਗਾਏ ਸੀ ਤਕਰੀਬਨ ਤਿੰਨ ਚਾਰ ਕਿੱਲੇ ਗਾਏ ਤੇ ਗਾਈ ਗਏ ਘੰਟਾ ਨਹੀਂ ਜੋ ਅੱਜ ਕਿੱਲੇ ਗਾਏ ਬਸ ਹੀ ਬਰੋਟੇ ਰਹਿ ਗਏ ਚਲੋ ਹਲਾ ਇਹ ਬਰੋਟੇ ਨੇ ਹੋਰ ਕਿੱਥੇ ਜੇ ਉਹ ਸਾਹਮਣੇ ਜਿਹੜੇ ਨੇ ਤਾਂ ਕੋਈ ਯਾਰ ਕਰਦੇ ਨੇ ਜਿਹੜੇ 6 ਘੰਟੇ ਗਣੀ ਆ ਕੋਈ ਅੱਜ ਗਣੀ ਨਹੀਂ ਇਹ ਕਿਨ ਬੇੜਾ ਕਰਦਾ ਬੋਲਾ ਨੇ ਬੇੜਾ ਕਰਦਾ ਇਤਨਾ ਕੋਈ ਫਰੈਕਚਰ ਤੇ ਬੇੜਾ 80 ਵੀ ਨਹੀਂ ਕਰ ਸਕਦਾ ਨਹੀਂ ਮਸ਼ੀਨਾਂ ਤਾਂ ਹੋਰ ਵੀ ਇੱਥੇ ਆਣ ਮਸ਼ੀਨਾਂ ਤਾਂ ਹੋਰ ਵੀ ਚੱਲਦੀਆਂ ਮੈਨੂੰ ਇੰਤਜ਼ਾਰ ਕਰਦਾ ਪਰ ਉਹ ਹੀ ਆਵੇ ਤਸਵੀਰ ਤੇ ਗਾਣੀ ਕਰੋ ਵੀ ਦਬੰਗ ਨਾਲ ਚਲਾਣਾ ਹੈ ਨਾ ਗੇੜੀ ਬੰਦ ਬੇੜਾ ਹੋ ਜਾਂਦਾ ਹੈ ਲਾ ਲਾ ਅੱਛਾ 6 ਘੰਟੇ ਲੱਗਦੇ ਨੇ ਉੱਥੇ 2 ਘੰਟੇ ਲੱਗਦੇ ਨੇ ਸਾਰਾ ਬੜਾ ਹਾਂ ਤੇ ਕੀ ਬੈਠਾ ਹੈ ਅਬੇ ਗੇੜ ਕੇ ਆਂਦਾ ਹੈ ਟਰੈਕਟਰ ਹਰ ਬੰਦਾ ਆਂਦਾ ਤੇ ਅਸੀਂ ਗਾਣੀ ਹੈ ਅਸੀਂ 4 5 ਦੇ ਹੋ ਚਲੇ ਲਗਾਤਾਰ ਮਗਰ ਟੁਰੇ ਆ ਟੁਰੇ ਆ ਇਹ ਅੰਦਾਰਾ ਅੱਜ ਵੱਡੇ ਅੱਜ ਵੱਡੇ ਅੱਜ ਦਾ ਟੱਕਰੋਂ ਵਿੱਚ ਤਰੀਕ ਤੇ ਤਰੇ ਯਾਨੀ ਅਗੁਗਾ ਕੋਈ ਇੱਥੇ ਚਿਕਦਾ ਕੋਈ ਇੱਥੇ ਚਿਕਦਾ ਇਹਨੂੰ ਕੋਈ ਬੰਦਾ ਆਂਦਾ ਮੇਰੇ ਕੋਲ ਦੀ ਬੜਿਆ ਬਹੁਤ ਖਰਾਬ ਹੈ ਤੇ ਸਾਰੇ ਠੋ ਕੱਢਦਾ ਤੇ ਮਸ਼ੀਨਾਂ ਰਾਜ ਹੁੰਦੀਆਂ ਨੇ ਜੋ ਦੇ ਦਾਣੇ ਤੇ ਮੂੰਹ ਚੰਗੀ ਕਰੀ ਮਸ਼ੀਨ ਤੇ ਯਾਨੀ ਤੂੜੀ ਸਹੀ ਬਣਾਉਂਦਾ ਤੇ ਦਾਣੇ ਦੂਣੇ ਵੀ ਸਹੀ ਬਣਾਉਂਦਾ ਹੈ ਜੀ ਸੋਨੇ ਦੇ ਦਾਣੇ ਦੇ ਤਾਂ ਤੂੜੀ ਵੀ ਤੋਂ ਥੋੜੀ ਬੰਦ ਗਈ ਹੈ ਲੋ ਦੋਸਤੋ ਤੁਹਾਡੇ ਨਾਲ ਮੈਂ ਦਾਣੇ ਸ਼ੇਅਰ ਕਰਨਾ ਬਾਕੀ ਇਹ ਤਾਂ ਮਸ਼ੀਨ ਦੇ ਉੱਤੇ ਵੀ ਡਿਪੈਂਡ ਕਰਦੀ ਹੈ ਕਿ ਮਸ਼ੀਨ ਚੰਗੀ ਹੋਣੀ ਚਾਹੀਦੀ ਹੈ ਤਾਂ ਹੀ ਦਾਣੇ ਸਾਫ਼ ਨਿਕਲਦੇ ਨੇ ਬਾਕੀ ਵੇਖ ਲੋ ਦੋ ਬੇਲੀ ਜੁੜੇ ਜੇ ਉਹ ਵੇਖ ਲੋ ਪਰੋਟਾ ਚਾ ਕੇ ਮਾਰਦੇ ਨੇ ਵਿੱਚ ਹਲੇ ਮਸ਼ੀਨ ਹੁੰਦੀ ਚੱਲ ਸੋ ਚੱਲ ਤੇ ਮੈਂ ਨਾ ਕਿਹਾ ਬਾਤ ਸੀ ਇਹ ਦਾਣੇ ਨੇ ਦੋਸਤੋ ਬਾਬਾ ਮੋਟ ਭਰੇ ਨਾ ਬਲਾ ਇਹ ਵੇਖ ਲਓ ਜੀ ਸਾਫ ਕੋ ਗੁੰਡੀ ਛੁੰਡੀ ਕੋਈ ਨਹੀਂ ਬਾਕੀ ਤੂੜੀ ਵੀ ਦੋਸਤਾਂ ਨਾਲ ਮੈਂ ਸ਼ੇਅਰ ਕਰਨਾ ਕਿਵੇਂ ਦੀ ਕੱਢ ਰਿਹਾ ਨੇ ਆ ਸਾਫ ਨੇ ਦਾਣੇ ਤੇ ਇਹ ਰਾਤੀ ਵੀ ਚਲਾਉਂਦਾ ਹੈ ਦਿਨ ਪਰ ਰਾਤ ਖਲੋਂਦਾ ਨਹੀਂ ਨਾ ਨਾ ਨਹੀਂ ਕਦੀ ਹੋਇਆ ਵੀ ਲੋਟਾ ਛੋਟਾ ਲੈ ਕੇ ਭਜੇ ਆਵੇ ਪਾਣੀ ਛਾਣੀ ਲੈ ਕੇ ਨਾ ਨਾ ਕੋਈ ਗੱਲ ਨਹੀਂ ਬਲਾ ਲੋ ਦੋਸਤੋ ਇਹ ਤੂੜੀ ਦੀ ਕੈਲਕੂਲੇਸ਼ਨ ਜੇ ਇਹ ਵੇਖ ਲਓ ਰੇਸ ਵੀ ਮੇਰਾ ਖਿਆਲ ਹੈ ਦੋਸਤੋ 15-16 ਹੋਣੀ ਹੈ ਕਿਉਂਕਿ ਮੀਟਰ ਖਰਾਬ ਹੈ ਮੀਟਰ ਚੱਲੂ ਨਹੀਂ ਇਹ ਵੇਖ ਲਓ ਇੱਕ ਬਾਬਾ ਅਤੇ ਇੱਕ ਯੰਗ ਜਨਾਬ ਲੱਗਿਆ ਜੇ ਅਤੇ ਜੁੜੇ ਹੋਏ ਨੇ ਅਤੇ ਟਰੈਕਟਰ ਵੇਖ ਸਕਦੇ ਤੁਹਾਡੇ ਸਾਹਮਣੇ ਓ ਆ ਬਜ਼ੁਰਗਾ ਇਹ ਜੇ ਤੂੰ ਤੂੰ ਸਾਡੇ ਨਾਲ ਤੂਰਾ ਜੇ ਤੂੰ ਇਕੱਲਾ ਹੋਵੇ ਤੇ ਬੰਦ ਹੁੰਦਾ मॉडल मैं टेंपरेचर वाली सुई तुम फिर बखा देना ਇਸ ਤੋਂ ਅੱਗੇ ਨਹੀਂ ਆਉਂਦੀ ਲੇਕਿਨ ਕੋਸ਼ਿਸ਼ ਕਰਦੀ ਕਰਾਲ ਲੱਗ ਪਏ ਇਹਦੀ ਗੇਜ ਮੇਰੇ ਖਿਆਲ ਨਾਲ ਖਰਾਬ ਹੈ ਪ੍ਰੋਪਰ ਸਹੀ ਕੰਮ ਨਹੀਂ ਕਰ ਰਹੀ ਜੀ ਨਵਾਨ ਲਈ ਮਿਹਰਬਾਨੀ ਜੀ ਥੈਂਕ ਯੂ ਜੀ ਜੀ ਭਾਜਨ ਬਿਲਕੁਲ ਥ੍ਰੈਸ਼ਰ ਛੋਟੀ ਹੈ ਕੋਈ ਮੈਂ ਪਹਿਲੇ ਆ ਰਿਹਾ ਸੀ ਅਗਰ ਇਸ ਰਕੋਤੇ ਦੀ ਹੁੰਦੀ 400 ਚੱਲ ਥ੍ਰੈਸ਼ਰ ਹੁੰਦੀ ਤਾਂ ਕਿਆ ਬਾਤ ਸੀ ਫਿਰ ਪੂਰੇ ਸੈੱਟ ਦਾ ਮਜ਼ਾ ਆਉਣਾ ਸੀ ਇਹਨਾਂ ਨਾਲ ਵਸ ਲਾਓ ਆਪਣਾ ਗਰਮੀ ਬੜੀ ਦੋਸਤ ਮੈਂ ਤਾਂ ਚਲਿਆ ਛਾਂ ਤੇ ਦੂਰੋਂ ਤੁਹਾਨੂੰ ਚੈੱਕ ਕਰਵਾਉਣਾ ਇਹਦਾ ਤੇ ਬਾਕੀ ਬਾਬਾ ਜਿਹੜਾ ਨਾ ਬਾਬਾ ਵੀ ਆਪਣੀ ਆਈ ਤੇ ਆ ਗਿਆ ਆਂਦਾ ਇਹਨੂੰ ਮੰਡ ਕੇ ਰੱਖੋ ਜੀ ਜੀ ਭਾਜਨ ਬਿਲਕੁਲ ਬਿਲਕੁਲ ਅਗਰ ਜ਼ਿਆਦਾ ਰੇਸ ਕਰਾਂਗੇ ਤੇ ਦਾਣੇ ਜਿਹੜੇ ਨੇ ਉਹ ਤੂੜੀ ਦੇ ਵਿੱਚ ਜਾਣਗੇ ਬਿਲਕੁਲ ਬਾਕੀ ਦੋਸਤੋ ਇਹ 2020 ਮਾਡਲ ਹੈ ਤੇ ਇਹਦਾ ਮੇਨ ਮਸਲਾ ਇੰਜਣ ਦਾ ਕਲੱਚ ਦਾ ਜਾਂ ਗੇਅਰ ਦਾ ਹਲੇ ਤੱਕ ਨਹੀਂ ਬਣਿਆ 300 ਕਿੱਲਾ ਰੂਟਰ ਆ ਰਿਹਾ ਸੀ ਦੋਸਤ ਕਿ ਅਸੀਂ ਮਾਰਿਆ ਵੇ ਤਾਂ ਠੀਕ ਬਿਲਕੁਲ ਸਹੀ ਚੱਲਦਾ ਕੋਈ ਮਸਲਾ ਨਹੀਂ ਬਾਕੀ ਤੇਲ ਜਿਹੜੀ ਹੈ ਉਹਦੀ ਐਵਰੇਜ ਵੀ ਬਿਹਤਰ ਹੈ ਅਨਸਰ ਕਰਿਆ ਅਸਲਾਮ ਵਾਲਿਕ ਜੀ ਵਾਹਿਗੁਰੂ ਸਾਹਿਬ ਕੀ ਹਾਲ ਜਾਨ ਭਜਨ ਠੀਕ ਹੋ ਦੋਸਤੋ ਗਰਮੀ 3-4 ਦਿਨ ਤੋਂ ਬਹੁਤ ਜ਼ਿਆਦਾ ਪੈ ਰਹੀ ਹੈ ਸ਼ਿੱਦਤ ਅਖਤਿਆਰ ਕਰ ਗਈ ਹੈ ਧੁੱਪ ਤਾਂ ਕੜਾ ਵੀ ਨਹੀਂ ਹੋਇਆ ਜਾਂਦਾ ਮੋਬਾਈਲ ਬਲਕਿ ਹੀਟ ਅਪ ਹੋ ਜਾਂਦਾ ਅਤੇ ਇਹ ਤਾਂ ਮਸ਼ੀਨਰੀ ਹੈ ਫਿਰ ਵੀ ਅਤੇ ਤੁਹਾਡੇ ਸਾਹਮਣੇ ਵੇਖ ਲਓ 2 ਜੱਟ ਲੱਗੇ ਨੇ ਕੋਸ਼ਿਸ਼ ਕਰ ਰਹੇ ਨੇ ਲੇਕਿਨ ਟਰੈਕਟਰ ਨੂੰ ਕੋਈ ਪਤਾ ਨਹੀਂ
ਬਹੁਤ ਅੱਛੀ ਪਰਫਾਰਮੈਂਸ ਹੈ, ਬਲਕਿ ਤੁਸੀਂ ਖੁਦ ਦੱਸਣਾ ਵੀ ਕਿਵੇਂ ਦੀ ਹੈ ਕਮੈਂਟ ਬਾਕਸ ਦੇ ਵਿੱਚ ਅਤੇ ਤੁਹਾਨੂੰ ਇੱਕ ਜਿਹੜੀ ਮਸ਼ੀਨਾਂ ਵਾਲੀ ਸੀ ਹਾਰਵੈਸਟਰ ਵਾਲੀ ਕੰਬਾਈਨ ਵਾਲੀ, ਉਹ ਤਾਂ ਵਡੀ ਵਡੂ ਗਈਆਂ ਨੇ ਹੁਣ, ਇਹ ਜਿੰਨਾ ਤੂੜੀ ਛੂੜੀ ਬਣਾਉਣੀ ਜਾਂ ਹਾਂ ਥਰੈਸ਼ਰ ਵਾਲੀਆਂ ਖਲੋਤੀਆਂ ਨੇ ਅਸਲ 'ਚ ਅੱਜ ਕੱਲ੍ਹ ਲਾਵੇ ਵੀ ਤੁਹਾਨੂੰ ਪਤਾ ਜਿਹੜੇ ਕਟਾਈ ਵਾਲੇ ਨੇ ਨਾ ਬੰਦੇ ਵੀ ਨਹੀਂ ਲੱਭਦੇ, ਲੇਕਿਨ ਇਹ ਵੀ ਸਾਡੇ ਨਾ ਲੋਕਲ ਏਰੀਏ ਦੇ ਵਿੱਚ ਅਜੇ ਮਸ਼ੀਨਰੀ ਜਿੰਨੀ ਵੀ ਚਾਈਨਾ ਦੀ ਆ ਗਈ ਨਾ ਉਹ ਬੰਦਿਆਂ ਨੇ ਅਜੇ ਕੋਈ ਨਹੀਂ ਪਤਾ, ਇੰਨੀਆਂ ਵਧੀਆ ਮਸ਼ੀਨਾਂ ਆ ਗਈਆਂ ਨੇ ਜਿਹੜੀਆਂ 3-4 ਲੱਖ ਦੀ ਉਹ ਕਟਾਈ ਕਰਦੀਆਂ ਨੇ ਟਰੈਕਟਰ 'ਤੇ ਬੜਾ ਹੈ, ਅਤੇ ਲੇਕਿਨ ਉਹਨਾਂ ਮਸ਼ੀਨਾਂ ਤਾਂ ਪਤਾ ਜਿਹੜੀਆਂ ਹੋਣਾ ਆਈਆਂ ਨਿੱਕੀਆਂ ਨਿੱਕੀਆਂ ਵੜ ਕੇ ਸੜਦੀਆਂ ਨੇ, ਉਹਨਾਂ ਦਾ ਨਾਲੇਜ ਅਜੇ ਸਾਡੇ ਜੱਟਾਂ ਨੂੰ ਪੂਰਾ ਕੋਈ ਨਹੀਂ ਹੈ ਕਿ 3-4 ਲੱਖ ਦੇ ਵਿੱਚ ਮਸ਼ੀਨ ਹੈ ਜਿਹਦੀ ਆਸ ਹੈ ਜੀ। ਮਾਸ਼ਾਅੱਲਾ ਜੀ, ਵੈਰੀ ਗੁੱਡ, ਥੈਂਕ ਯੂ ਜੀ, ਮਿਹਰਬਾਨੀ। ਅਤੇ ਸਾਰੇ ਵੀਰਾਂ ਕੇ ਅਪੀਲ ਹੈ ਕਿ ਇਹ ਤੁਹਾਡੇ ਭਰਾਵਾਂ ਵਾਸਤੇ ਸਾਰਾ ਕੁਝ ਕਰੀਦਾ, ਜੁੰਮੇ ਦਾ ਟਾਈਮ ਹੋ ਰਿਹਾ, ਜੁੰਮਾ ਵੀ ਪੜਨਾ ਹੋਵੇ ਤਾਂ ਸਾਰਿਆਂ ਜੁੰਮਾ ਮੁਬਾਰਕ, ਅਤੇ ਰਮਜ਼ਾਨੁਲ ਮੁਬਾਰਕ ਦਾ ਮਹੀਨਾ ਮੁਬਾਰਕ, ਅਤੇ ਦੁਆ ਕਰਨੇ ਆ ਕਿ ਰੋਜ਼ੇ ਤੁਹਾਡੇ ਅੱਛੇ ਗੁਜ਼ਰਨ, ਅਤੇ ਅੱਲਾਹ ਤਾਲਾ ਢੇਰ ਬਰਕਤਾਂ ਪਾਏ ਤੁਹਾਡੇ ਰਿਜ਼ਕ 'ਚ, ਮਾਲ 'ਚ, ਜਾਨ 'ਚ। ਅਤੇ ਇਸ ਚੀਜ਼ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਲਾਜ਼ਮੀ ਦੇਣੀ ਹੈ, ਅਤੇ ਆਪਣੇ ਵੀਰ ਨੂੰ ਇਜਾਜ਼ਤ ਦਿਓ।